ਵਾਹਿਗੁਰੂ। ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਸਦਾ ਵਾਲਾ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ, ਉਹ ਕੌਮ ਹੈ ਪੂੰਜੀਦਾਰ ਜ਼ਿੰਦਗੀ ਦੀ, ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ, ਹੋ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ, ਜੀਵਨ ਵਿੱਚ ਨਹੀਂ ਉਹਨਾਂ ਦੇ ਹਾਰ ਵੇਖੀ, ਚੋਲੀ ਜਿਹਦੀ ਸ਼ਹੀਦਾਂ ਦੇ ਫੁੱਲ ਬਹੁਤੇ, ਉਸ ਕੌਮ ਦੇ ਬਾਗੀ ਬਹਾਰ ਵੇਖੀ। ਮੈਂ ਕਰਾਂ ਪ੍ਰਣਾਮ ਸ਼ਹੀਦਾਂ ਨੂੰ ਜੋ ਕੌਮ ਦੇ ਲਈ ਸ਼ਹੀਦ ਹੋਏ, ਮੈਂ ਕਰਾਂ ਪ੍ਰਣਾਮ ਸ਼ਹੀਦਾਂ ਨੂੰ ਜੋ ਕੌਮ ਦੇ ਲਈ ਸ਼ਹੀਦ ਹੋਏ, ਮੈਂ ਕਰਾਂ ਪ੍ਰਣਾਮ। ਓ ਸ਼ੱਕ ਪਹੁਲ ਖੰਡੇ ਮਿਟਣ ਦੀ ਮਨ ਵਿੱਚ ਰੀਝ ਹੋਵੇ, ਮੈਂ ਕਰਾਂ ਪ੍ਰਣਾਮ ਸ਼ਹੀਦਾਂ ਨੂੰ ਜੋ ਕੌਮ ਦੇ ਲਈ ਸ਼ਹੀਦ ਹੋਏ, ਮੈਂ ਕਰਾਂ ਪ੍ਰਣਾਮ। ਓ ਜੋ ਕਹਿ ਦਿੰਦੇ ਗੱਲ ਮੁੱਖ ਵਿੱਚੋਂ, ਉਸ ਉੱਤੇ ਫੁੱਲ ਚੜ੍ਹਾ ਦਿੰਦੇ, ਉੱਤੇ ਫੁੱਲ ਚੜ੍ਹਾ ਦਿੰਦੇ। ਓ ਸਿੱਖੀ ਦੀਆਂ ਨਿਖਾਤ ਆਣ ਲਈ ਘਰ ਬਾਹਰ ਵਿਦਾ ਤੇ ਲਾ ਦਿੰਦੇ, ਘਰ ਬਾਹਰ ਵਿਦਾ ਤੇ ਲਾ ਦਿੰਦੇ, ਘਰ ਬਾਹਰ ਵਿਦਾ ਤੇ ਲਾ ਦਿੰਦੇ। ਓ ਦੱਸੋ ਉਹਨਾਂ ਨੂੰ ਮਰਨ ਦਾ ਕੰਮ ਕੀਏ, ਜਦੋਂ ਗੁਰੂ ਦੇ ਨਾਲ ਪ੍ਰੀਤ ਹੋਵੇ, ਮੈਂ ਕਰਾਂ ਪ੍ਰਣਾਮ ਸ਼ਹੀਦਾਂ ਨੂੰ ਜੋ ਕੌਮ ਦੇ ਲਈ ਸ਼ਹੀਦ ਹੋਏ, ਮੈਂ ਕਰਾਂ ਪ੍ਰਣਾਮ। ਓ ਗੁਰੂ ਸਾਡੇ ਤਾਂ ਹੀ ਜੀਣਾ ਸਿਖਾ ਗਏ ਨੇ, ਦੱਸ ਗਏ ਨੇ ਅਣਖ ਲਈ ਕਿਵੇਂ ਮਰਨਾ,
ਗਏ ਨੀ ਅਣਕ ਲਈ ਕਿਵੇਂ ਮਰਨਾ ਸੌ ਕੇ ਮਾਛੀ ਵੜੇ ਦੇ ਜੰਗਲਾਂ ਚ ਦੱਸ ਗਏ ਨੇ ਦੁੱਖਾਂ ਨੂੰ ਕਿਵੇਂ ਚਰਨਾ ਦੱਸ ਮਾਛੀ ਵੜੇ ਵਿੱਚ ਸੁੱਤਿਆ ਜਾਗਦੇ ਸਹੀ ਏ ਕੀ ਸੋਹਣਿਆ ਖੇਡ ਰਚਾ ਬੈਠੋ ਮਾਛੀ ਵਾੜੇ ਵਿੱਚ ਸੁੱਤਿਆ ਜਾਗਦੇ ਸਹੀ ਏ ਕੀ ਸੋਹਣਿਆ ਖੇਡ ਰਚਾ ਬੈਠੋ ਕਿੱਥੇ ਮਾਤ ਗੁਜਰੀ ਤੇ ਕਿੱਥੇ ਲਾਲ ਚਾਰੇ ਪੰਜ ਪਿਆਰੇ ਵੀ ਦਿਲੋਂ ਭੁਲਾ ਬੈਠੋ ਤਖਤ ਛੱਡ ਕੇ ਪੂਰੀ ਆਨੰਦ ਵਾਲਾ ਤੂੰ ਡੇਰੇ ਜੰਗਲਾਂ ਦੇ ਵਿੱਚ ਲਾ ਬੈਠੋ ਗੁਰੂ ਸਾਡੇ ਤਾਂ ਹੀ ਜੀਣਾ ਸਿਖਾ ਗਏ ਨੇ ਦੱਸ ਗਏ ਨੇ ਅਣਖ ਲਈ ਕਿਵੇਂ ਮਰਨਾ ਦੱਸ ਗਏ ਨੇ ਅਣਖ ਲਈ ਕਿਵੇਂ ਮਰਨਾ ਦੱਸ ਗਏ ਨੇ ਅਣਖ ਲਈ ਕਿਵੇਂ ਮਰਨਾ ਸੌ ਕੇ ਮਾਛੀ ਵੜੇ ਦੇ ਜੰਗਲਾਂ ਚ ਦੱਸ ਗਏ ਨੇ ਦੁੱਖਾਂ ਨੂੰ ਕਿਵੇਂ ਚਰਨਾ ਦੱਸ ਗਏ ਨੇ ਦੁੱਖਾਂ ਨੂੰ ਕਿਵੇਂ ਚਰਨਾ ਦੱਸ ਗਏ ਨੇ ਦੁੱਖਾਂ ਨੂੰ ਕਿਵੇਂ ਚਰਨਾ ਜੇਤਾ ਗੁਰੂ ਮਹਾਨ ਹੋਵੇ ਇੰਨਾ ਬਲੀ ਕਿਉਂ ਨਾ ਉਸ ਦਾ ਮੁਰੀਦ ਹੋਵੇ ਮੈਂ ਕਰਾਂ ਪਰਨਾਮ ਸ਼ਹੀਦਾਂ ਨੂੰ ਜੋ ਕੌਮ ਦੇ ਲਈ ਸ਼ਹੀਦ ਹੋਏ ਮੈਂ ਕਰਾਂ ਪਰਨਾਮ ਓ ਇਸ ਦੁਨੀਆਂ ਦੇ ਇਤਿਹਾਸ ਉੱਤੇ ਇੱਕ ਵੱਖਰੀ ਹੈ ਪਹਿਚਾਣ ਬਣੀ ਇੱਕ ਵੱਖਰੀ ਹੈ ਪਹਿਚਾਨ ਬਣੀ ਇੱਕ ਵੱਖਰੀ ਹੈ ਪਹਿਚਾਨ ਬਣੀ ਓ ਨਹੀਂ ਕੋਈ ਉਸ ਨੂੰ ਫੀਕਾ ਪਾ ਸਕਦਾ ਜੋ ਖਾਲਸੇ ਦੀ ਹੈ ਸ਼ਾਨ ਬਣੀ ਜੋ ਖਾਲਸੇ ਦੀ ਹੈ ਸ਼ਾਨ ਬਣੀ ਜੋ ਖਾਲਸੇ ਦੀ ਹੈ ਸ਼ਾਨ ਬਣੀ ਤਾਈਓ ਖੋਰੇ ਗੁਰ ਸੇਵਕ ਪੱਧਰੀ ਨੇ ਵੀਰਤਾ ਦਾ ਲਿਖਿਆ ਗੀਤ ਹੋਵੇ ਮੈਂ ਕਰਾਂ ਪਰਨਾਮ ਸ਼ਹੀਦਾਂ ਨੂੰ ਜੋ ਕੌਮ ਦੇ ਲਈ ਸ਼ਹੀਦ ਹੋਏ ਮੈਂ ਕਰਾਂ ਪਰਨਾਮ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੀ ਗੁਰੂ ਪਿਆਰੇ ਗੁਰਸਵਾਰੀ ਸਤਸੰਗਤ ਜੀ ਬਹੁਤ ਵਡਭਾਗੇ ਹਾਂ।
ਜੋ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਸ ਵੇਲੇ ਸਤਸੰਗਤ ਦੀਆਂ ਘੜੀਆਂ ਦੇ ਆਨੰਦ ਮਾਣ ਰਹੇ ਹਾਂ। ਸਵਾ ਗੁਰੂ ਸਵਾਰਿਓ, ਇਸ ਵੇਲੇ ਦੀ ਹਾਜ਼ਰੀ ਜੁਗੋ ਜੁਗ ਅਟੱਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਲਵਾਈਏ। ਪਿਆਰ ਸਾਹਿਬ ਫਤਿਹ ਦੀ ਸਾਂਝ ਪਾਓ, ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਦੇ ਮਹਾਨ ਹਸਤੀ ਸੰਤ ਮਹਾਂਪੁਰਸ਼ ਸੱਚਖੰਡ ਵਾਸੀ ਬਾਬਾ ਠਾਕੁਰ ਸਿੰਘ ਜੀ ਮੁਖੀ ਦਮਦਮੀ ਟਕਸਾਲ ਵੱਲੋਂ ਵਾਹਿਗੁਰੂ ਉਹਨਾਂ ਦੇ ਨਾਮ ਤੋਂ ਦਮਦਮੀ ਟਕਸਾਲ ਦੇ ਵਿਦਿਆਰਥੀ ਸਿੰਘਾਂ ਵੱਲੋਂ ਬੇਅੰਤ ਮਾਨ ਇਸ ਵੇਲੇ ਭੇਜਿਆ ਗਿਆ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ। ਮਹਾਂਪੁਰਸ਼ਾਂ ਦੇ ਦੱਸੇ ਹੋਏ ਨਕਸ਼ੇ ਕਦਮਾਂ ਤੇ ਚੱਲਣ ਦਾ ਬਲ ਬਖਸ਼ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੇ ਭਰਾਤਾ ਭਾਈ ਭੁਪਿੰਦਰ ਸਿੰਘ ਜੀ ਉਹਨਾਂ ਵੱਲੋਂ ਇਸ ਵੇਲੇ ਹਾਜ਼ਰੀ ਲਵਾਈ ਗਈ ਹੈ ਜੀ। ਬਹੁਤ ਵੱਡਾ ਮਾਣ ਹਾਸਲ ਹੈ ਇਸ ਪਰਿਵਾਰ ਨੂੰ, ਕਿਉਂਕਿ ਜਦੋਂ ਯੋਧਿਆਂ ਦੀ ਦਾਸਤਾਨ ਪੜ੍ਹੀ ਦੀ ਹੈ ਤਾਂ ਹੈਰਾਨ ਹੋ ਜਾਈਦਾ ਕਿ ਕਿਵੇਂ ਦਾ ਉਹਨਾਂ ਦਾ ਹਿਰਦਾ ਹੋਵੇਗਾ ਜਿਹੜਾ ਇੰਨੀ ਦ੍ਰਿੜਤਾ ਦੇ ਨਾਲ ਲਾਸਾਨੀ ਕੁਰਬਾਨੀ ਕਰ ਦਿੱਤੀ। ਸਤਿਗੁਰੂ ਪਾਤਸ਼ਾਹ ਦੀ ਰਹਿਮਤ ਦੇ ਨਾਲ ਜਦੋਂ ਕੌਮ ਦੇ ਮਹਾਨ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਨੇ ਕੌਮ ਦੀ ਡਿੱਗੀ ਹੋਈ ਪੱਗ ਕੌਮ ਦੇ ਸਿਰ ਉੱਤੇ ਰੱਖਣ ਵਾਸਤੇ ਜਨਰਲ ਵੈਦਿਆ ਨੂੰ ਪੁਣੇ ਵਿਖੇ ਜਾ ਕੇ ਗੱਡੀ ਚਾੜਿਆ। ਉਸ ਵੇਲੇ ਕੌਮ ਦੀ ਡਿੱਗੀ ਹੋਈ ਜਿਹੜੀ ਪੱਗ ਕੌਮ ਦੀ ਜਿਹੜੀ ਡਿੱਗੀ ਹੋਈ ਪੱਗ ਹੈ ਉਹ ਕੌਮ ਦੇ ਸਿਰ ਉੱਤੇ ਰੱਖ ਦਿੱਤੀ ਗਈ। ਜਨਰਲ ਵੈਦਿਆ ਇੱਕ ਉਹ ਦੁਸ਼ਟ ਹੈ, ਉਹ ਪਾਪੀ ਹੈ, ਜਿਹੜੇ ਪਾਪੀ ਨੇ ਹਰਿਮੰਦਰ ਸਾਹਿਬ ਦੇ ਉੱਤੇ ਫੌਜਾਂ ਚੜ੍ਹਾਈਆਂ, ਹਜ਼ਾਰਾਂ ਨੌਜਵਾਨ ਬਜ਼ੁਰਗ ਬੀਬੀਆਂ ਬੱਚੇ ਨਿਰਦੋਸ਼ ਸ਼ਹੀਦ ਕਰ ਦਿੱਤੇ ਗਏ। ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪ੍ਰਣ ਕੀਤਾ ਕਿ ਜਿੰਨੀ ਦੇਰ ਅਸੀਂ ਕੌਮ ਦੀ ਡਿੱਗੀ ਹੋਈ ਪੱਗ ਕੌਮ ਦੇ ਸਿਰ ਉੱਤੇ ਨਹੀਂ ਰੱਖ ਲੈਂਦੇ ਓਨੀ ਦੇਰ ਅਸੀਂ ਆਰਾਮ ਦੀ ਜ਼ਿੰਦਗੀ ਨਹੀਂ ਜੀਵਾਂਗੇ। ਭਾਈ ਜਿੰਦਾ ਜੀ ਨੂੰ ਮਾਸਟਰ ਮਾਈਂਡ ਵੀ ਕਿਹਾ ਜਾਂਦਾ, ਕਿਉਂਕਿ ਉਹ ਮੌਕੇ ਦੇ ਉੱਤੇ ਐਸਾ ਪਲੈਨ ਬਣਾਉਂਦੇ ਨੇ ਕਿ ਵੇਖਣ ਵਾਲਾ ਵੀ ਹੈਰਾਨ ਰਹਿ ਜਾਂਦਾ, ਸ਼ਿਕਾਰ ਹੋਣ ਵਾਲੇ ਨੂੰ ਵੀ ਪਤਾ ਨਹੀਂ ਲੱਗਦਾ ਕਿ ਮੈਂ ਕਿਹੜੇ ਵੇਲੇ ਸ਼ਿਕਾਰ ਹੋ ਗਿਆ। ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਪਹਿਲੀ ਵਾਰ ਗ੍ਰਿਫਤਾਰ ਹੋਏ ਨਾ ਤੇ ਉਸ ਵੇਲੇ ਟੌਰਚਰ ਕਰਨ ਵਾਲਿਆਂ ਨੇ ਪੁੱਛਿਆ ਕਿ ਦੱਸੋ ਤੁਸੀਂ ਪਲੈਨ ਕਿਵੇਂ ਬਣਾਉਂਦੇ ਹੋ, ਤੇ ਭਾਈ ਜਿੰਦਾ ਜੀ ਦੇ ਅਲਫਾਜ਼ ਸਨ ਕਿ ਜਿੰਦਾ ਸਮੇਂ ਤੋਂ ਪਹਿਲਾਂ ਪਲੈਨ ਨਹੀਂ ਬਣਾਉਂਦਾ, ਜਿੱਥੇ ਜਾ ਕੇ ਖੜ ਜਾਂਦਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪਲੈਨ ਆਪੇ ਬਣ ਜਾਂਦੇ। ਏਡੀ ਵੱਡੀ ਪਲੈਨਿੰਗ, ਏਡੀ ਵੱਡੀ ਦ੍ਰਿੜਤਾ, ਤੇ ਜਦੋਂ ਯੋਧਿਆਂ ਨੇ ਜਨਰਲ ਵੈਦੇ ਨੂੰ ਗੱਡੀ ਚਾੜ ਦਿੱਤਾ ਉਹਦੇ ਤੋਂ ਬਾਅਦ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਦੇ ਅਨੁਸਾਰ ਦੋਵੇਂ ਯੋਧੇ ਵਾਰੀ ਵਾਰੀ ਗ੍ਰਿਫਤਾਰ ਹੋ ਗਏ ਤਾਂ 21 ਅਕਤੂਬਰ 1999 ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਨੂੰ। ਪੇਸ਼ੀ ਦੇ ਦੌਰਾਨ ਕਿਉਂਕਿ ਕੋਈ ਸਬੂਤ ਪੱਕਾ ਨਹੀਂ ਸੀ ਲੱਭ ਸਕਿਆ ਕਿ ਸਾਬਤ ਹੋ ਸਕੇ ਕਿ ਇਹਨਾਂ ਯੋਧਿਆਂ ਨੇ ਉਸ ਦੁਸ਼ਟ ਨੂੰ ਗੱਡੀ ਚਾੜਿਆ, ਪਰ ਹਲਫੀਆ ਬਿਆਨ ਦੇ ਕੇ ਆਪ ਪ੍ਰਵਾਨ ਕੀਤਾ ਕਿ ਅਸੀਂ ਉਸ ਦੁਸ਼ਟ ਨੂੰ ਮਾਰਿਆ, ਤੇ ਨਾਲ ਹੀ ਕਿਹਾ ਕਿ ਤੁਸੀਂ ਹਜ਼ਾਰਾਂ ਗਵਾਹ ਪੇਸ਼ ਕਰਕੇ ਵੀ ਸਾਨੂੰ ਦੋਸ਼ੀ ਨਹੀਂ ਸਾਬਤ ਕਰ ਸਕੇ। ਇਸ ਦੇਸ਼ ਦਾ ਕਾਨੂੰਨ ਐਸਾ ਹੈ ਕਿ ਇੱਥੇ ਬੇਗੁਨਾਹ ਗੁਨਾਹਗਾਰ ਸਾਬਤ ਕਰ ਦਿੱਤਾ ਜਾਂਦਾ ਹੈ ਤੇ ਗੁਨਾਹਗਾਰ ਸਾਫ਼ ਇਹਨਾਂ ਤੁਹਾਡੀਆਂ ਅਦਾਲਤਾਂ ਦੇ ਵਿੱਚੋਂ ਬਚ ਕੇ ਨਿਕਲ ਜਾਂਦੇ ਨੇ।
ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੂੰ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਗਈ, ਯੋਧਿਆਂ ਨੇ ਜੈਕਾਰੇ ਛੱਡੇ, ਖੁਸ਼ੀ ਮਨਾਈ ਤੇ ਨਾਲ ਇਹ ਕਿਹਾ ਕਿ ਐਸੀ ਨਿਆਰੀ ਕੌਮ ਦੀ ਖਾਤਰ ਅਸੀਂ ਆ ਜਨਮ ਤਾਂ ਕੀ, ਹਜ਼ਾਰਾਂ ਵਾਰੀ ਲੱਖਾਂ ਵਾਰੀ ਜਮ ਜਮ ਕੇ ਮਰਦੇ ਰਹੀਏ ਤਾਂ ਵੀ ਥੋੜਾ ਏ, ਅਸੀਂ ਐਸੀ ਨਿਆਰੀ ਕੌਮ ਤੋਂ ਹੱਸ ਕੇ ਪ੍ਰਵਾਨ ਚੜ੍ਹਨ ਨੂੰ ਤਿਆਰ ਹਾਂ। ਆਓ ਫਾਂਸੀ ਦੀ ਜਿਹੜੀ ਤਰੀਕ ਹੈ ਉਮੀਦ ਦਿੱਤੀ ਗਈ ਹੈ 9 ਅਕਤੂਬਰ, 4 ਅਕਤੂਬਰ ਨੂੰ ਯੋਧਿਆਂ ਨੂੰ ਆਖਰੀ ਖਾਸ਼ ਪੁੱਛੀ ਗਈ। ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਕਹਿੰਦੇ ਕਿ ਜੇ ਤੁਸੀਂ ਸਾਡੀ ਆਖਰੀ ਖਾਹਿਸ਼ ਪੂਰੀ ਕਰਨੀ ਹੈ ਤਾਂ ਸਾਨੂੰ ਲੋਕਾਂ ਦੇ ਸਾਹਮਣੇ ਸ਼ਰੇਆਮ ਫਾਂਸੀ ਦਿੱਤੀ ਜਾਵੇ, ਜੇ ਇਹ ਨਹੀਂ ਕਰ ਸਕਦੇ ਤਾਂ ਸਾਡੀਆਂ ਛਾਤੀਆਂ ਵਿਚਲੇ ਸੱਚ ਨੂੰ ਗੋਲੀਆਂ ਦੇ ਨਾਲ ਠਾਰਿਆ ਜਾਵੇ, ਗੋਲੀਆਂ ਦੇ ਚੁੰਮਣ ਸਾਡੀਆਂ ਛਾਤੀਆਂ ਨੂੰ ਦਿੱਤੇ ਜਾਣ, ਪਰ ਸਾਨੂੰ ਪਤਾ ਹੈ ਕਿ ਤੁਹਾਡੇ ਵਿੱਚ ਇੰਨੀ ਹਿੰਮਤ ਨਹੀਂ ਕਿ ਤੁਸੀਂ ਸਾਨੂੰ ਸਾਡੀ ਇਸ ਆਖਰੀ ਖਾਹਿਸ਼ ਦੇ ਅਨੁਸਾਰ ਕਲਗੀਆਂ ਵਾਲੇ ਦੀ ਗੋਦ ਵਿੱਚ ਕਰ ਸਕੋ। ਉਹਦੇ ਤੋਂ ਬਾਅਦ 6 ਤਰੀਕ ਨੂੰ ਕੁਝ ਆਲਾ ਅਫਸਰ ਜਿਹੜੇ ਨੇ ਉਹ ਜੇਲ੍ਹ ਵਿੱਚ ਭਾਈ ਸਾਹਿਬ ਜੀ ਨੂੰ, ਦੋਵਾਂ ਭਰਾਵਾਂ ਨੂੰ, ਧਰਮੀ ਭਰਾਵਾਂ ਨੂੰ ਮਿਲਣ ਵਾਸਤੇ ਆਉਂਦੇ ਨੇ ਤੇ ਆਪਣੇ ਮੂੰਹ ਤੋਂ ਕਹਿੰਦੇ ਨੇ ਕਿ ਤੁਸੀਂ ਬਹਾਦਰ ਹੋ, ਯੋਧੇ ਹੋ, ਤੇ ਕਹਿੰਦੇ ਕਿ ਤੁਸੀਂ ਤੇ ਸਾਨੂੰ ਅੱਤਵਾਦੀ ਕਹਿੰਦੇ ਹੋ। ਕਹਿੰਦੇ ਨਹੀਂ, ਤੁਹਾਡਾ ਵੀ ਕੋਈ ਮਕਸਦ ਹੈ, ਮਕਸਦ ਤੋਂ ਬਗੈਰ ਏਡੀਆਂ ਵੱਡੀਆਂ ਜੰਗਾਂ ਨਹੀਂ ਲੜੀਆਂ ਜਾ ਸਕਦੀਆਂ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ। 8 ਤਰੀਕ ਨੂੰ ਮੌਤ ਦੇ ਵਰੰਟ ਜਿਹੜੇ ਨੇ ਯੋਧਿਆਂ ਤੱਕ ਪਹੁੰਚਾਏ ਗਏ। 8 ਤਰੀਕ 12 ਵਜੇ ਤੱਕ ਯੋਧਿਆਂ ਨੇ ਆਰਾਮ ਦੀ ਨੀਂਦ ਲਈ ਹੈ। 12 ਵਜੇ ਤੋਂ ਬਾਅਦ ਉੱਠ ਕੇ ਇਸ਼ਨਾਨ ਪਾਣੀ ਕੀਤਾ ਹੈ, ਇੱਕ ਇੱਕ ਸੇਬ ਖਾਧਾ ਹੈ, ਉਹਦੇ ਤੋਂ ਬਾਅਦ ਉਹਨਾਂ ਨੇ ਨਿਤਨੇਮ ਕੀਤਾ ਹੈ ਤੇ ਆਪਣੀ ਕੌਮ ਦੇ ਨਾਂ ਇੱਕ ਸੰਦੇਸ਼ ਛੱਡਿਆ ਕਿ ਸਾਡੀ ਮੌਤ ਤੋਂ ਬਾਅਦ ਰੋਣਾ ਨਹੀਂ, ਸਾਡੀ ਸੋਚ ਨੂੰ ਜਿੰਦਾ ਰੱਖਣਾ ਹੈ। ਯਾਦ ਰੱਖਿਓ, ਕੌਮ ਦੇ ਇੱਕ ਵੀ ਬੱਚੇ ਦੀ ਅੱਖ ਦੇ ਵਿੱਚੋਂ, ਮਾਂ ਦੀ ਅੱਖ ਦੇ ਵਿੱਚੋਂ, ਭੈਣ ਦੀ ਅੱਖ ਦੇ ਵਿੱਚੋਂ, ਬਜ਼ੁਰਗ ਦੀ ਅੱਖ ਦੇ ਵਿੱਚੋਂ ਇੱਕ ਵੀ ਅੱਥਰੂ ਨਹੀਂ ਡਿੱਗਣਾ ਚਾਹੀਦਾ। ਯੋਧਿਆਂ ਨੇ ਜਿਵੇਂ ਆਖਰੀ ਸੰਦੇਸ਼ ਕੌਮ ਦੇ ਨਾਲ ਜਾਰੀ ਕੀਤਾ, ਆਓ ਰਹਿੰਦੇ 2-4 ਮਿੰਟ ਦੇ ਵਿੱਚ ਕਵਿਤਾ ਕਹਿ ਕੇ ਖਿਮਾ ਮੰਗ ਲੈਣੇ ਆ ਜੀ। ਕਵੀ ਸ੍ਰੀ ਅਥਾ ਇਵੇਂ ਬਿਆਨ ਕਰਨ, ਸੂਰਾ ਸੋ ਪਹਿਚਾਨੀਆ ਜੋ ਲੜੇ ਦੀਨ ਕੇ ਪੁਰਜਾ ਪੁਰਜਾ ਕੱਟ ਮਾਰੇ ਕਬੂਨਾ ਸਾਡੇ ਖੇਤ ਸਾਡੀ ਮੌਤ ਪਿੱਛੋਂ ਹੰਝੂ ਨਾ ਵਹਾਉਣਾ ਆਖਣਾ ਏ ਸਾਡੀ ਕੌਮ ਨੂੰ ਸਾਡੀ ਮੌਤ ਪਿੱਛੋਂ ਹੰਝੂ ਨਾ ਵਹਾਉਣਾ ਆਖਣਾ ਏ ਸਾਡੀ ਕੌਮ ਨੂੰ ਅਸਾਂ ਦੁਨੀਆ ਚ ਨਾ ਹੈ ਚਮਕਾਉਣਾ ਆਖਣਾ ਏ ਸਾਡੀ ਕੌਮ ਨੂੰ ਸਾਡੀ ਮੌਤ ਪਿੱਛੋਂ ਹੰਝੂ ਨਾ ਵਹਾਉਣਾ ਆਖਣਾ ਏ ਸਾਡੀ ਕੌਮ ਨੂੰ ਸਾਡੇ ਮਨਾਂ ਵਿੱਚ ਮਾਰਦਾ ਹੈ ਜੋਸ਼ ਅੱਜ ਠੱਲਾ ਸਾਡੇ ਮਨਾਂ ਵਿੱਚ ਮਾਰਦਾ ਹੈ ਜੋਸ਼ ਅੱਜ ਟੱਲਾ ਹੋ ਦਿਲ ਵੈਰੀ ਦਾ ਹਿਲਾਉਣ ਗੀਆਂ ਸਾਡੀਆਂ ਇਹ ਗੱਲਾਂ ਦਿਲ ਵੈਰੀ ਦਾ ਹਿਲਾਉਣ ਗੀਆਂ ਸਾਡੀਆਂ ਇਹ ਗੱਲਾਂ ਹੋ ਜਾਪੇ ਤਖਤਾਏ ਨਰਮ ਵਿਛਾਉਣਾ ਆਖਣਾ ਏ ਸਾਡੀ ਕੌਮ ਨੂੰ ਸਾਡੀ ਮੌਤ ਪਿੱਛੋਂ ਹੰਝੂ ਨਾ ਵਹਾਉਣਾ ਆਖਣਾ ਏ
ਓ ਸਾਡੀ ਮੌਤ ਹੈ ਸ਼ਹੀਦਾਂ ਵਾਲੀ, ਕਿਹੜੀ ਕੀਤੀ ਚੋਰੀ? ਸਾਡੀ ਮੌਤ ਹੈ ਸ਼ਹੀਦਾਂ ਵਾਲੀ, ਕਿਹੜੀ ਕੀਤੀ ਚੋਰੀ? ਓ ਸੱਚੇ ਪਾਤਸ਼ਾਹ ਦੇ ਹੱਥ ਸਾਡੀ ਸਾਹ ਵਾਲੀ ਡੋਰੀ। ਸੱਚੇ ਪਾਤਸ਼ਾਹ ਦੇ ਹੱਥ ਸਾਡੀ ਸਾਹ ਵਾਲੀ ਡੋਰੀ। ਓ ਆਪ ਜਿੱਤਣਾ ਤੇ ਵੈਰੀ ਨੂੰ ਹਰਾਉਣਾ, ਆਖਣਾ ਏ ਸਾਡੀ ਕੌਮ ਨੂੰ ਸਾਡੀ ਮੌਤ ਪਿਛੋਂ ਹੰਝੂ ਨਾ ਵਹਾਉਣਾ, ਆਖਣਾ ਏ ਸਾਡੀ ਕੌਮ ਨੂੰ। ਓ ਸਾਡੇ ਜਾਣ ਤੋਂ ਤਾਂ ਬਾਅਦ ਤੁਸੀਂ ਹੋਣਾ ਨਹੀਂ ਉਦਾਸ, ਸਾਡੇ ਜਾਣ ਤੋਂ ਤਾਂ ਬਾਅਦ ਤੁਸੀਂ ਹੋਣਾ ਨਹੀਂ ਉਦਾਸ। ਓ ਨਾਰਾ ਗੱਜ ਕੇ ਲਗਾਉਣਾ ਜਦ ਤੱਕ ਹੈ ਸਵਾਸ, ਨਾਰਾ ਗੱਜ ਕੇ ਲਗਾਉਣਾ ਜਦ ਤੱਕ ਹੈ ਸਵਾਸ। ਓ ਰੱਸਾ ਫਾਂਸੀ ਵਾਲਾ ਹੋ, ਰੱਸਾ ਫਾਂਸੀ ਵਾਲਾ, ਓ ਰੱਸਾ ਫਾਂਸੀ ਵਾਲਾ ਚੁੰਮ ਗਲੇ ਪਾਉਣਾ, ਆਖਣਾ ਹੈ ਸਾਡੀ ਕੌਮ ਨੂੰ ਸਾਡੀ ਮੌਤ ਪਿਛੋਂ ਹੰਝੂ ਨਾ ਵਹਾਉਣਾ, ਆਖਣਾ ਹੈ ਸਾਡੀ ਕੌਮ ਨੂੰ। ਉਹ ਕਿਤੇ ਭਟਕ ਨਾ ਜਾਣਾ ਇਸ ਮੰਜ਼ਿਲ ਦੇ ਰਾਹੋਂ, ਕਿਤੇ ਭਟਕ ਨਾ ਜਾਣਾ ਇਸ ਮੰਜ਼ਿਲ ਦੇ ਰਾਹੋਂ। ਸਦਾ ਭਾਣੇ ਵਿੱਚ ਰਹਿਣਾ ਨਹੀਂ ਮੁੜਨਾ ਅਗਾਹੋ, ਸਦਾ ਭਾਣੇ ਵਿੱਚ ਰਹਿਣਾ ਨਹੀਂ ਮੁੜਨਾ ਅਗਾਹੋ। ਉਹ ਕਦੇ ਵੈਰੀ ਵੱਲੋਂ ਕੰਡ ਨਹੀਂ ਵਿਖਾਉਣਾ, ਆਖਣਾ ਸਾਡੀ ਕੌਮ ਨੂੰ ਸਾਡੀ ਮੌਤ ਪਿਛੋਂ ਹੰਝੂ ਨਾ ਵਹਾਉਣਾ, ਆਖਣਾ ਹੈ ਸਾਡੀ ਕੌਮ ਨੂੰ। ਆਖੋ ਪੱਧਰੀ ਨੂੰ ਗੀਤ ਸਦਾ ਖੁਸ਼ੀ ਵਾਲੇ ਗਾਉਣੇ, ਆਖੋ ਪੱਧਰੀ ਨੂੰ ਗੀਤ ਸਦਾ ਖੁਸ਼ੀ ਵਾਲੇ ਗਾਉਣੇ। ਉਹ ਵੈਰੀ ਕਰਨਗੇ ਵਾਰ ਪਾਰਾ ਨਹੀਂ ਘਬਰਾਉਣਾ, ਵੈਰੀ ਕਰਨਗੇ ਵਾਰ ਪਾਰਾ ਨਹੀਂ ਘਬਰਾਉਣਾ। ਉਹ ਸਦਾ ਵੈਰੀਆਂ ਨੂੰ ਸਬਕ ਸਿਖਾਉਣਾ, ਸਾਡੀ ਕੌਮ ਨੂੰ ਸਾਡੀ ਮੌਤ ਪਿਛੋਂ ਹੰਝੂ ਨਾ ਵਹਾਉਣਾ, ਆਖਣਾ ਹੈ ਸਾਡੀ ਕੌਮ ਨੂੰ। ਇਹ ਯੋਧਿਆਂ ਦਾ ਆਖਰੀ ਸੰਦੇਸ਼ ਕੌਮ ਦੇ ਨਾਂ ਜੋ ਆਪਾਂ ਸਰਵਣ ਕਰਿਆ ਕੀਤਾ ਜੀ, ਭਾਈ ਸੁਖਜੀਤ ਸਿੰਘ ਜੀ ਖੋਸਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ, ਉਹ ਵੀ ਇਸ ਵੇਲੇ ਹਾਜ਼ਰੀ ਲਵਾ ਰਹੇ ਨੇ ਜੀ। ਸਾਡੀ ਕੌਮ ਦੇ ਮਹਾਨ ਸ਼ਹੀਦ ਭਾਈ ਮੇਜਰ ਸਿੰਘ ਤੇ ਭਾਈ ਬਲਬੀਰ ਸਿੰਘ ਕੌਲੋਵਾਲ, ਉਹਨਾਂ ਸ਼ਹੀਦਾਂ ਦੇ ਪਰਿਵਾਰ ਇੱਥੇ ਆਏ ਹੋਏ ਨੇ, ਉਹਨਾਂ ਨੂੰ ਜੀਓ ਆਇਆ ਆਖਿਆ ਜਾਂਦਾ ਜੀ। ਬਹੁਤ ਬਹੁਤ ਧੰਨਵਾਦ, ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਭਾਈ ਭੁਪਿੰਦਰ ਸਿੰਘ ਜੀ ਭਲਵਾਨ ਜਰਮਨੀ, ਬਖਸ਼ੀਸ਼ ਸਿੰਘ ਜੀ ਅਖੰਡ ਕੀਰਤਨੀ ਜਥਾ ਦੇ ਮੁਖੀ ਇੰਡੀਆ ਤੋਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੇ ਜਥੇ ਨੂੰ ਬੁਲਾਓ ਫਤਿਹ ਜਾਤ ਦਾਸ ਦਾ ਜਥਾ ਹੈ ਭਾਈ ਗੁਰਸੇਵਕ ਸਿੰਘ ਪੱਧਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।